ਉੱਪਰ ਖੰਨਾ ਵਿਧਾਨ ਸਭਾ ਦੇ ਮਹਾਨ ਸ਼ਹੀਦ ਸਰਦਾਰ ਕਰਨੈਲ ਸਿੰਘ ਜੀ ਸੜੂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਸਤਿਕਾਰ ਦਿੰਦੇ ਹੋਏ ਉਹਨਾਂ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਫਤਿਹ। ਸਤਿਕਾਰਯੋਗ ਸਾਥੀਓ, ਦੇਸ਼ ਆਜ਼ਾਦ ਹੋਏ ਨੂੰ 74 ਸਾਲ ਦਾ ਸਮਾਂ ਹੋ ਗਿਆ। ਅੱਜ ਤੱਕ ਦੀਆਂ ਜੋ ਪੰਜਾਬ ਦੀਆਂ ਸਰਕਾਰਾਂ, ਲੋਟੂ ਸਰਕਾਰਾਂ, ਕਦੇ ਕਾਂਗਰਸ ਆ ਜਾਂਦੀ ਆ, ਕਦੇ ਅਕਾਲੀ ਦਲ ਆ ਜਾਂਦਾ, ਇਹਨਾਂ ਸਰਕਾਰਾਂ ਨੇ ਸਾਡੇ ਦੇਸ਼ ਨੂੰ, ਸਮਾਜ ਨੂੰ ਲੁੱਟਿਆ ਔਰ ਕੁੱਟਿਆ ਔਰ ਸਾਡੇ ਸਮਾਜ ਦੀ ਦੁਰਦਸ਼ਾ ਇੰਨੀ ਭੈੜੀ ਕਰਤੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ, ਬੇਰੁਜ਼ਗਾਰੀ ਆ, ਅਨਪੜ੍ਹਤਾ, ਭੁੱਖਮਰੀ ਦੇ ਸ਼ਿਕਾਰ ਨੇ। ਔਰ 74ਵੀਂ ਵਰ੍ਹੇਗੰਢ ਦੇ ਉੱਪਰ ਮੈਂ ਮੁਬਾਰਕਬਾਦ ਦਿੰਦਾ ਹੋਇਆ ਬਹੁਜਨ ਸਮਾਜ ਨੂੰ ਅਪੀਲ ਕਰਦਾ ਕਿ ਇਹਨਾਂ ਦੋਨਾਂ ਸਰਕਾਰਾਂ ਨੂੰ, ਲੋਟੂ ਸਰਕਾਰਾਂ ਨੂੰ ਆਪਾਂ ਚੱਲਦੇ ਕਰੀਏ। 2022 ਦੇ ਵਿੱਚ ਗਰੀਬਾਂ ਦੀ, ਬਹੁਜਨਾਂ ਦੀ, ਉਹਨਾਂ ਦੇ ਹਿੱਤਾਂ ਦੀ ਸਰਕਾਰ ਲੈ ਕੇ ਆਈਏ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। 15 ਅਗਸਤ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਬਹੁਜਨ ਸਮਾਜ ਪਾਰਟੀ ਨੇ ਜਿੱਥੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ, ਉੱਥੇ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਜੀ ਨੂੰ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਉਹਨਾਂ ਦੀ ਵਰ੍ਹੇਗੰਢ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਹੁਜਨ ਸਮਾਜ ਪਾਰਟੀ ਨੇ ਅੱਜ ਸਮੁੱਚੇ ਰੂਪ ਵਿੱਚ ਇਹ ਕਿਹਾ ਕਿ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹਾਂ। ਪਹਿਲਾਂ ਸਾਡੇ 'ਤੇ ਗੋਰੇ ਅੰਗਰੇਜ਼ ਰਾਜ ਕਰਦੇ ਸੀ, ਅੱਜ ਸਾਡੇ 'ਤੇ ਕਾਲੇ ਅੰਗਰੇਜ਼ ਰਾਜ ਕਰਦੇ ਨੇ। ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਹਨਾਂ ਨੂੰ ਇੱਥੋਂ ਚੱਲਦਾ ਕਰਨਾ ਚਾਹੀਦਾ ਹੈ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।